ਸੱਭਿਆਚਾਰਕ ਗਾਇਕੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉੱਠਿਆ ਸੀ ਇੱਕ ਅਜਿਹਾ ਮੁੱਦਾ ਜਿਸ ਦੇ ਚੱਲਦਿਆਂ ਇੱਕ ਸਿੰਗਰ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਪਰ ਲੱਗਦਾ ਹੈ ਜਿਸ ਇਨਸਾਨ ਨੇ ਮੁੱਦਾ ਚੱਕਿਆ ਸੀ ਉਹ ਆਪ ਸੱਭਿਆਚਾਰਕ ਗਾਇਕੀ ਤੋਂ ਹੁਣ ਦੂਰ ਹੁੰਦਾ ਜਾ ਰਿਹਾ। ਸਤਿ ਸ਼੍ਰੀ ਅਕਾਲ ਦੋਸਤ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਮੈਂ ਹਾਂ ਸਾਹਿਲ। ਅਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਦੀ। ਹਾਲ ਹੀ ਦੇ ਵਿੱਚ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਵੱਲੋਂ ਗਾਣਾ ਰਿਲੀਜ਼ ਕੀਤਾ ਗਿਆ ਜਿਸ ਦਾ ਨਾਮ ਹੈ ਬਦਮਾਸ਼ੀ। ਅਤੇ ਜਿਸ ਗਾਣੇ ਨੂੰ ਅਗਰ ਆਪਾਂ ਸੁਣੀਏ ਤਾਂ ਇਸ ਗਾਣੇ ਦੇ ਵਿੱਚ ਕਿਸੇ ਵੀ ਪਾਸੇ ਸੱਭਿਆਚਾਰਕ ਗਾਇਕੀ ਦੀ ਕੋਈ ਵੀ ਝਲਕ ਨਹੀਂ ਨਜ਼ਰ ਆਉਂਦੀ। ਜਿੱਥੇ ਇੱਕ ਪਾਸੇ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਦੀ ਐਲੀ ਮਾਂਗੜ ਦੇ ਨਾਲ ਕੋਂਟਰੋਵਰਸੀ ਹੋਈ ਇਸ ਗੱਲ ਕਰਕੇ ਸੀ ਕਿਉਂਕਿ ਉਹਨਾਂ ਦਾ ਇਲਜ਼ਾਮ ਸੀ ਕਿ ਐਲੀ ਮਾਂਗੜ ਸੱਭਿਆਚਾਰਕ ਗਾਣੇ ਨਹੀਂ ਗਾਉਂਦੇ। ਪਰ ਹੁਣ ਜਦ ਇਹ ਗਾਣਾ ਬਦਮਾਸ਼ੀ ਰਿਲੀਜ਼ ਹੋਇਆ ਤਾਂ ਆਓ ਦੇਖੀਏ ਦਰਸ਼ਕਾਂ ਨੇ ਕੀ ਕੁਝ ਕਿਹਾ ਇਸ ਗਾਣੇ ਬਾਰੇ ਅਤੇ ਕਿੰਨਾ ਕੁ ਸੱਭਿਆਚਾਰ ਝਲਕ ਰਿਹਾ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਇਸ ਨਵੇਂ ਗਾਣੇ ਬਦਮਾਸ਼ੀ ਦੇ ਵਿੱਚ। ਇਸ ਗਾਣੇ ਨੂੰ ਸੁਣਨ ਤੋਂ ਬਾਅਦ ਇੱਕ ਯੂਜ਼ਰ ਕਮੈਂਟ ਕਰਦੇ ਨੇ ਹੁਣ ਸੱਭਿਆਚਾਰ ਨਹੀਂ ਦੱਬਦਾ। ਫਿਰ ਇੱਕ ਯੂਜ਼ਰ ਹੋਰ ਲਿਖਦੇ ਨੇ ਹੁਣ ਕਿੱਥੇ ਗਿਆ ਸੱਭਿਆਚਾਰ ਤੁਹਾਡਾ ਜੀ। ਅਤੇ ਇੱਕ ਯੂਜ਼ਰ ਨੇ ਐਲੀ ਮਾਂਗੜ ਨਾਲ ਹੋਈ ਰੰਧਾਵਾ ਬ੍ਰਦਰਸ ਦੀ ਕੋਂਟਰੋਵਰਸੀ ਨੂੰ ਫੇਰ ਸਾਹਮਣੇ ਲਿਆ ਖੜਾ ਕਰ ਦਿੱਤਾ। ਕਮੈਂਟ ਦੇ ਵਿੱਚ ਲਿਖਿਆ ਛੱਡਣਾ ਹੀ ਪੈਣਾ ਮੋਰੇ ਵੀ ਐਲੀ ਮਾਂਗੜ ਆ ਸਾਨ ਜੱਟ। ਅਤੇ ਇੱਕ ਯੂਜ਼ਰ ਨੇ ਲਿਖਿਆ ਛਡਾਈ ਦਿੰਦੇ ਆ ਬਾਈ ਮੋਰਲੇ। ਅਤੇ ਇੱਕ ਯੂਜ਼ਰ ਨੇ ਫਿਰ ਰੰਧਾਵਾ ਬ੍ਰਦਰਸ ਦੀ ਇਸ ਸੱਭਿਆਚਾਰਕ ਗਾਇਕੀ ਦੇ ਉੱਤੇ ਸਵਾਲ ਚੁੱਕਿਆ। ਉਹਨਾਂ ਨੇ ਲਿਖਿਆ ਕੈਨ ਐਨੀਵਨ ਆਨਸਰ ਮੀ ਇਜ਼ ਦਿਸ ਅ ਕਲਚਰ ਆਈ ਐਮ ਇਨ ਡੂਬੀਅਸ ਸਿਚੁਏਸ਼ਨ। ਅਤੇ ਇੱਕ ਯੂਜ਼ਰ ਨੇ ਐਲੀ ਮਾਂਗੜ ਦੇ ਨਾਲ ਹੋਈ ਕੋਂਟਰੋਵਰਸੀ ਦੇ ਦੌਰਾਨ ਰੰਮੀ ਰੰਧਾਵਾ ਦੇ ਭੱਜ ਜਾਣ ਦੇ ਉੱਤੇ ਕਮੈਂਟ ਕੀਤਾ। ਉਸਨੇ ਲਿਖਿਆ ਉਸ ਟਾਈਮ ਭੱਜ ਗਿਆ ਸੀ ਮੋਟਿਆ ਜਿਹਾ। ਅਤੇ ਇੱਕ ਯੂਜ਼ਰ ਨੇ ਲਿਖਿਆ ਆ ਹੀ ਗਏ ਆਪਣੇ ਅਸਲੀ ਰੂਪ ਵਿੱਚ। ਜਿੱਥੇ ਇੱਕ ਪਾਸੇ ਰੰਧਾਵਾ ਬ੍ਰਦਰ ਸੱਭਿਆਚਾਰਕ ਗਾਇਕੀ ਦੀ ਅਕਸਰ ਪ੍ਰਮੋਸ਼ਨ ਕਰਨ ਦੀ ਗੱਲ ਕਰਦੇ ਨੇ ਉੱਥੇ ਹੀ ਅਜਿਹਾ ਗਾਣਾ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਣਾ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਵਾਜਿਬ ਹੈ ਜਿਸ ਦੇ ਵਿੱਚ ਬਦਮਾਸ਼ੀ ਛੱਡਣ ਦੀਆਂ ਗੱਲਾਂ ਤੱਕ ਕੀਤੀਆਂ ਜਾ ਰਹੀਆਂ ਨੇ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।